ਇਹ ਕਹਿੰਦਾ ਇਹਨੇ ਵੀਡੀਓ ਦੇਖੀ ਹੈ, ਕਹਿੰਦਾ ਮੇਰੀ ਘਰ ਵਾਲੀ ਹੈ, ਦੇਖ ਕੇ ਫਿਰ ਅੱਜ ਇੱਥੇ ਆਇਆ ਲੈਣ। ਅਤੇ ਅੱਜ ਅਸੀਂ ਹੁਣ ਭੈਣ ਨੂੰ ਪੁੱਛਿਆ ਵੀ ਭੈਣੇ ਤੂੰ ਇਹਦੇ ਨਾਲ ਜਾਣਾ, ਕਿੱਥੇ ਹੈ ਘਰ ਤੇਰਾ? ਇਹ ਭੈਣ ਸੀਮਾ ਫਰਦਿਆਲ ਆਸੀ ਪਿੰਡ ਉੱਥੇ ਖੇਤਾਂ ਦੇ ਵਿੱਚ ਘੁੰਮਦੀ ਸੀ। ਇਹ ਭੈਣ ਹਾਲਤ ਬਹੁਤ ਖਰਾਬ ਸੀ, ਦਿਮਾਗੀ ਵੀ ਅਤੇ ਸਰੀਰਕ ਤੌਰ 'ਤੇ ਵੀ ਬਹੁਤ ਡਰੀ ਹੋਈ ਸੀ। ਇਹ ਕਹਿੰਦਾ ਮੈਨੂੰ ਮਿਲੀ ਸੀਗੀ ਅੱਜ ਤੋਂ 2.5 ਸਾਲ ਪਹਿਲਾਂ ਸਟੇਸ਼ਨ ਤੋਂ, ਯੂਪੀ ਤੋਂ ਸਹਾਰਨਪੁਰ ਤੋਂ, ਵੀ ਉੱਥੇ ਸਟੇਸ਼ਨ 'ਤੇ ਖੜ੍ਹੀ ਰੋ ਰਹੀ ਸੀ, ਢਿੱਡ ਘੁੱਟ ਜਾਂਦੀ ਸੀ ਆਪਦਾ। ਅਤੇ ਮੈਂ ਇਹਨੂੰ ਪੁੱਛਿਆ ਕੀ ਹੋਇਆ ਤੈਨੂੰ? ਇਹ ਕਹਿੰਦੀ ਮੇਰਾ ਢਿੱਡ ਦੁਖਦਾ, ਮੈਂ ਇਹਨੂੰ ਦਵਾਈ ਦਵਾਈ ਅਤੇ ਫਿਰ ਇਹ ਮੈਂ ਇਹਨੂੰ ਨਾਲ ਲੈ ਆਇਆ ਆਪਦੇ ਪਿੰਡ। ਦੇਖੋ ਪਿੰਡ ਦੇ ਸਰਪੰਚ ਦੀ ਜਾਂ ਦੂਸਰੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਘੱਟੋ ਘੱਟ ਉਹ ਪੈਰਵਾਈ ਕਰਦੇ ਵੀ ਪਿੰਡ ਦੇ ਵਿੱਚ ਕਿਸੇ ਔਰਤ ਨੂੰ ਲੈ ਕੇ ਆਇਆ ਇਹ ਬਾਈ। ਇਸ ਤਰ੍ਹਾਂ ਦੇ ਕਈ ਵਾਰ ਸਾਡੇ ਨਾਲ ਕੇਸ, ਇੱਦਾਂ ਦੇ ਕੇਸ ਆਉਂਦੇ ਨੇ ਜਿੱਥੇ ਜੇ ਅਸੀਂ ਵੀ ਆਪਣੀ ਅੱਖਾਂ ਮੀਚ ਲਈਏ ਤਾਂ ਇਹ ਭੈਣ ਦੁਬਾਰਾ ਫਿਰ ਉਸ ਨਰਕ 'ਚ ਆ ਡਿੱਗੂ ਜਿੱਥੇ ਉਹ ਨਹੀਂ ਜਾਣਾ ਚਾਹੁੰਦਾ। ਇਹ ਭੈਣ ਖੁਦ ਆਪਣੇ ਮੂੰਹੋਂ ਦੱਸ ਰਹੀ ਆ ਵੀ ਮੈਂ ਘਰੇ ਜਾਣਾ ਚਾਹੁੰਦੀ ਸੀ, ਮੈਨੂੰ ਜਾਣ ਨਹੀਂ ਦਿੱਤਾ। ਠੀਕ ਹੈ, ਬਿਲਕੁਲ ਫਿਕਰ ਨਹੀਂ ਕਰਨਾ ਤੁਹਾਨੂੰ ਆਪ, ਤੇਰੇ ਕੋਲ ਘਰ ਦਿੱਲੀ ਢੂੰਡ ਕੇ ਘਰ ਭੇਜੇਂਗੇ ਤੇਰੇ। ਠੀਕ ਹੈ, ਘਰ ਜਾਣਾ ਚਾਹਤੀ ਹੋ ਨਾ, ਭੇਜੇਂਗੇ, ਪੱਕਾ ਘਰ ਭੇਜੇਂਗੇ ਤੇਰੇ। ਅਗਲੀ ਡਿਊਟੀ ਹੁਣ ਤੁਹਾਡੀ ਆ। ਇਸ ਭੈਣ ਨੂੰ, ਇਸ ਭੈਣ ਦੇ ਚਿਹਰੇ ਨੂੰ ਧਿਆਨ ਨਾਲ ਦੇਖੋ, ਇਸ ਵੀਡੀਓ ਨੂੰ, ਇਸ ਭੈਣ ਦੀ ਫੋਟੋ ਨੂੰ ਸਕਰੀਨਸ਼ਾਟ ਕਰਕੇ ਸ਼ੇਅਰ ਕਰੋ ਅੱਗੇ ਦੀ ਅੱਗੇ, ਤਾਂ ਜੋ ਇਹ ਭੈਣ ਆਪਣੇ ਘਰ ਜਾਵੇ। ਕਿੰਨੀ ਤਰੀਕ ਨੂੰ ਘਰੋਂ ਗਈ ਸੀ ਇਹ? 16 ਪਿਛਲੇ ਮਹੀਨੇ ਦੀ। ਭੈਣੇ ਤੇਰਾ ਨਾਂ ਕੀ ਆ? ਸੀਮਾ ਪੂਰਾ ਨਾਮ? ਸੀਮਾ ਫਰਤਿਆਲ। ਠੀਕ ਆ, ਔਰ ਪਿਤਾ ਜੀ ਕਾ ਨਾਮ ਕਿਆ ਹੈ ਤੁਹਾਰੇ? ਹੈਂ? ਹਰੀ। ਵੋ ਕੌਣ ਹੈ? ਕਹਾਂ ਪੇ ਹੈ ਵੋ? ਦਿੱਲੀ ਰਹਿਤੇ ਹੈ। ਕਹਾਂ ਪੇ? ਦਿੱਲੀ ਜਹਾਂ ਵੋ ਕਰਕੇ ਇੰਡੀਆ ਗੇਟ ਨਹੀਂ ਕਰਤਾ। ਇੰਡੀਆ ਗੇਟ ਤੋਂ ਬਹੁਤ ਬੜਾ ਹੈ ਨਾ ਵਹਾਂ ਪੇ ਏਰੀਆ, ਵਹਾਂ ਪੇ ਕੌਨ ਸੀ ਕਲੋਨੀ ਹੈ, ਕੌਨ ਸੀ ਬਸਤੀ ਹੈ? ਕਲੋਨੀ ਨਹੀਂ, ਨਿਸ਼ਾਨੀ ਕੋਈ ਔਰ, ਜੈਸੇ ਗਾਰਡ ਢੂੰਡਣਾ ਹੋ। ਸਕੂਲ ਹੈ ਵੋ ਯੇ ਮਦਰ ਡੇਰੀ। ਮਦਰ ਡੇਰੀ ਕੇ ਪਾਸ ਹੈ। ਕਿਤਨੇ ਭਾਈ ਬਹਿਣ ਹੋ ਤੁਮ ਲੋਗ? ਹਮ ਏਕ ਬਹਿਨ ਹੈ, ਏਕ ਮੇਰੇ ਪਾਪਾ ਹੈ। ਤੁਮਾਰੀ ਏਕ ਬਹਿਨ ਹੈ ਔਰ ਤੁਮਾਰੇ ਪਾਪਾ ਔਰ ਮੰਮੀ? ਮੰਮੀ ਤੋ ਨਹੀਂ, ਮੰਮੀ ਡੈਥ ਹੋ ਗਿਆ। ਭਾਈ ਨਹੀਂ ਹੈ ਕੋਈ? ਘਰ ਜਾਣਾ ਚਾਹਤੀ ਹੋ? ਘਰ ਜਾਣਾ ਹੈ? ਅਭੀ ਤੂੰ ਇਨਕੇ ਪਾਸ ਜਾਣਾ ਹੈ ਜਾਂ ਘਰ ਜਾਣਾ ਹੈ? ਘਰ ਜਾਣਾ। ਇਨਕੇ ਸਾਥ ਨਹੀਂ ਜਾਣਾ? ਕਿਉਂ? ਉਧਰ ਨਹੀਂ ਜਾਣਾ, ਘਰ ਜਾਣਾ ਨਾ, ਮੇਰਾ ਘਰ ਵੀ ਤੋ ਹੈ, ਵਹਾਂ ਜਾਣਾ। ਦਿੱਲੀ ਜਾਣਾ ਹੈ? ਹਾਂ। ਜੇ ਲੈਣੇ ਆਏ ਹਾਂ ਤੇਰੇ ਕੋ? ਤੇ ਜੇ ਕਿਤਨਾ ਦੂਰ ਦੂਰ ਕੰਮ ਕਰ ਦੋ, ਜੇ ਜੇ ਮਨ ਵੀ ਰੋ ਰਿਹਾ ਤਾਂ ਫਿਰ ਸਕੂਲ ਨਹੀਂ ਜਾ ਸਕੂ। ਘਰ ਜਾਣਾ। ਕੋਈ ਬਾਤ ਨਹੀਂ, ਫਿਰ ਜਬ ਜਾਏਗੇ ਨਾ ਫਿਰ ਅੰਕਲ ਜੀ ਬਾਤ ਕਰਕੇ ਗਾੜੀ ਮੈਂ ਚਲੇ ਜਾਏਗੀ। ਇਨਕੇ ਸਾਥ ਨਹੀਂ ਜਾਣਾ, ਘਰ ਜਾਣਾ ਹੈ? ਕੋਈ ਬਾਤ ਨਹੀਂ ਭਾਈ।
ਵਾਹਿਗੁਰੂ ਮਿਹਰ ਕਰੇ ਤੇਰੇ ਕੋਲ ਘਰ ਭੇਜ। ਚਲੋ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਭੈਣ ਸੀਮਾ ਫਰਦਿਆਲ, ਡਾਟਰ ਆਫ ਹਰੀ ਸਿੰਘ, ਦਿੱਲੀ ਦੇ ਇੰਡੀਆ ਗੇਟ ਦੇ ਕੋਲ ਘਰ ਦੱਸਦੀ ਆ ਆਪਣਾ। ਸਾਨੂੰ ਇਹ ਭੈਣ 16 ਤਰੀਕ ਨੂੰ 7ਵੇਂ ਮਹੀਨੇ ਨੂੰ ਮਿਲੀ ਆ, ਆਸੀ ਪਿੰਡ ਜੋਧਾਂ ਦੇ ਕੋਲ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ। ਉੱਥੇ ਖੇਤਾਂ ਦੇ ਵਿੱਚ ਘੁੰਮਦੀ ਸੀ ਇਹ ਭੈਣ। ਹਾਲਤ ਬਹੁਤ ਖਰਾਬ ਸੀ, ਦਿਮਾਗੀ ਵੀ ਅਤੇ ਸਰੀਰਕ ਤੌਰ 'ਤੇ ਵੀ ਬਹੁਤ ਡਰੀ ਹੋਈ ਸੀ। ਹਿੰਦੀ ਬੋਲਦੀ ਸੀ। ਪਿੰਡ ਵਾਲਿਆਂ ਨੇ ਇਹਨੂੰ ਭੈਣ ਨੂੰ ਸਾਡੇ ਨਾਲ ਇੱਥੇ ਲੈ ਕੇ ਆਉਣ ਬਾਰੇ ਗੱਲ ਕੀਤੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਥਾਣੇ DDR ਕਟਾ ਦਿਓ। ਫਿਰ ਉਹਨਾਂ ਨੇ ਥਾਣੇ ਉੱਥੇ DDR ਕਟਾ ਕੇ ਇੱਥੇ ਸਾਡੇ ਕੋਲ ਪਹੁੰਚਦਾ ਕੀਤਾ। ਅਸੀਂ ਭੈਣ ਦੀ ਵੀਡੀਓ ਸਾਂਝੀ ਕੀਤੀ ਵੀ ਜੇ ਕੋਈ ਇਹਨੂੰ ਪਹਿਚਾਣਦਾ, ਜੇ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ। ਅਤੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਅੱਜ ਇਹਨੂੰ ਮਿਲਣ ਲਈ ਆਇਆ ਇਹ ਬਾਈ। ਇਹ ਰਮਨਦੀਪ ਸਿੰਘ ਦੱਸਦਾ ਆਪਣਾ ਨਾਂ। ਇਹਦੇ ਪਿਤਾ ਦਾ ਨਾਂ ਈਸ਼ਵਰ ਸਿੰਘ ਆ, ਇਹਦਾ ਬੇਟਾ ਅਰਮਾਨ ਸਿੰਘ ਆ, ਇੱਕ ਇਹਨਾਂ ਦਾ ਗਵਾਂਢੀ ਸੀ ਕੁਲਵੀਰ ਸਿੰਘ, ਉਹ ਚਲਿਆ ਗਿਆ। ਇਹ ਸਾਡੇ ਕੋਲ ਆਏ, ਇਹ ਕਹਿੰਦਾ ਵੀ ਮੇਰੀ ਘਰਵਾਲੀ ਆ। ਅਸੀਂ ਇਹਨੂੰ ਪੁੱਛਿਆ ਵੀ ਤੇਰੀ ਘਰਵਾਲੀ ਕਿਵੇਂ ਆ? ਇਹ ਕਹਿੰਦਾ ਮੈਨੂੰ ਮਿਲੀ ਸੀਗੀ ਅੱਜ ਤੋਂ 2.5 ਸਾਲ ਪਹਿਲਾਂ ਸਟੇਸ਼ਨ ਤੋਂ, ਯੂਪੀ ਤੋਂ, ਸਹਾਰਨਪੁਰ ਤੋਂ, ਵੀ ਉੱਥੇ ਸਟੇਸ਼ਨ 'ਤੇ ਖੜ੍ਹੀ ਰੋ ਰਹੀ ਸੀ, ਢਿੱਡ ਘੁੱਟ ਜਾਂਦੀ ਸੀ ਆਪਦਾ। ਅਤੇ ਮੈਂ ਇਹਨੂੰ ਪੁੱਛਿਆ ਕੀ ਹੋਇਆ ਤੈਨੂੰ? ਇਹ ਕਹਿੰਦੀ ਮੇਰਾ ਢਿੱਡ ਦੁਖਦਾ, ਮੈਂ ਇਹਨੂੰ ਦਵਾਈ ਅਤੇ ਫਿਰ ਇਹ ਮੈਂ ਇਹਨੂੰ ਨਾਲ ਲੈ ਆਇਆ ਆਪਦੇ ਪਿੰਡ। ਤੇਰਾ ਪਿੰਡ ਕਿਹੜਾ? ਸ਼ੰਕਰ, ਸ਼ੰਕਰ ਸਰੀ ਪਿੰਡ ਆ, ਅਤੇ ਬੂਲ ਪਿੰਡ ਰਹਿੰਦੇ ਇਸ ਟਾਈਮ ਇਹ। ਤਾਂ ਫਿਰ ਇਹਦੀ ਘਰਵਾਲੀ ਇਹ ਕਹਿੰਦਾ ਮੇਰੀ ਛੱਡ ਕੇ ਚਲੀ ਗਈ ਸੀ ਮੈਨੂੰ। ਇਹ ਬੱਚਾ ਇਹਦੇ ਘਰੇ ਪਹਿਲਾਂ ਹੀ, ਬੇਟਾ ਇਹਦਾ ਪਹਿਲੀ ਵਾਈਫ ਤੋਂ ਆ ਅਰਮਾਨ। ਫਿਰ ਕਹਿੰਦਾ ਮੈਂ ਇਹਨੂੰ ਆਪਣੇ ਘਰੇ ਰੱਖ ਲਿਆ। ਹੁਣ 2.5 ਸਾਲਾਂ ਤੋਂ ਇਹ ਭੈਣ ਸੋਨੀਆ ਫਰਦਿਆਲ ਇਹਦੇ ਘਰੇ ਰਹਿ ਰਹੀ ਆ। ਪਹਿਲਾਂ ਤਾਂ ਇੱਥੇ ਇੱਕ ਸਾਡਾ ਸਮਾਜ ਗਲਤ ਆ। ਦੇਖੋ, ਪਿੰਡ ਦੇ ਸਰਪੰਚ ਦੀ ਜਾਂ ਦੂਸਰੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਘੱਟੋ ਘੱਟ ਉਹ ਪੈਰਵਾਈ ਕਰਦੇ ਵੀ ਪਿੰਡ ਦੇ ਵਿੱਚ ਕਿਸੇ ਔਰਤ ਨੂੰ ਲੈ ਕੇ ਆਇਆ ਇਹ ਬਾਈ। ਅਸੀਂ ਇਹਦੀ ਨੀਅਤ 'ਤੇ ਸ਼ੱਕ ਨਹੀਂ ਕਰਦੇ, ਅਸੀਂ ਇਹਨੂੰ ਕੋਈ ਮਾੜਾ ਨਹੀਂ ਕਹਿੰਦੇ। ਹੋ ਸਕਦਾ ਇਹਨੇ ਚੰਗੇ ਲਈ ਕੀਤਾ ਹੋਵੇ। ਸਾਡੇ ਕੋਲ ਮਨਵਾੜ ਤੋਂ, ਮਹਾਰਾਸ਼ਟਰ ਤੋਂ ਇੱਕ ਬੰਦਾ ਲੈ ਕੇ ਆਇਆ ਇੱਥੇ ਭੈਣ ਨੂੰ ਸ਼ਿਵਸ਼ਾਲਾ ਨੂੰ। ਉੱਥੇ ਕੰਪੈਨ ਚਲਾਉਣ ਗਿਆ ਸੀ, ਉਹ ਮੈਂਟਲੀ ਅਪਸੈਟ ਭੈਣ ਨੂੰ ਉੱਥੋਂ ਮਿਲ ਗਈ। ਉਹਦੇ ਘਰੇ ਉਹਨੇ ਗੱਲ ਕੀਤੀ, ਉਹਦੇ ਘਰ ਵਾਲਾ ਕਹਿੰਦਾ ਮੇਰੀ ਵੀ ਕੁਛ ਨਹੀਂ ਲੱਗਦੀ। ਮਾਂ ਪਿਓ ਨਾਲ ਗੱਲ ਕੀਤੀ, ਉਹ ਕਹਿੰਦਾ ਮੇਰੀ ਵੀ ਕੁਛ ਨਹੀਂ ਲੱਗਦੀ। ਫੋਨ 'ਤੇ ਉਹਨੇ ਕੁੜੀ ਦੇ ਨੰਬਰ ਦੱਸੇ ਉਹਨੂੰ, ਉਹ ਇੱਥੇ ਲੈ ਆਇਆ ਸਾਡੇ ਕੋਲ। ਅਸੀਂ ਉਹ ਭੈਣ ਨੂੰ 8 ਮਹੀਨੇ ਇੱਥੇ ਰੱਖਿਆ, ਦਵਾਈ ਠੀਕ ਹੋ ਕੇ ਹੁਣ ਉਹ ਘਰ ਗਈ ਆ ਆਪਣੇ। ਉਹਦਾ ਘਰ ਪਰਿਵਾਰ ਨੇ ਉਹਨੂੰ ਅਸੈਪਟ ਕਰ ਲਿਆ, ਠੀਕ ਹੋ ਗਈ ਉਹ ਬਿਲਕੁਲ। ਹੁਣ ਇਹ ਬੰਦੇ ਨੇ ਅੱਜ ਤੋਂ 2.5 ਸਾਲ ਪਹਿਲਾਂ ਇਹਨੂੰ ਘਰੇ ਲਿਆਂਦਾ। ਹੋ ਸਕਦਾ ਇਹ ਭੈਣ ਦਾ ਮਾਂ ਬਾਪ ਇਹਨੂੰ ਲੱਭਦੇ ਫਿਰਦੇ ਹੋਣ, ਥਾਣੇ ਉਹਨਾਂ ਨੇ ਰਿਪੋਰਟ ਕਰਾਈ ਹੋਵੇ, ਹੋ ਸਕਦਾ ਉਹਨਾਂ ਨੇ ਕਿਡਨੈਪਿੰਗ ਦਾ ਪਰਚਾ ਦਰਜ ਕਰਾਇਆ ਹੋਵੇ ਵੀ ਇਹਨੂੰ ਸਾਡੀ ਕੁੜੀ ਨੂੰ ਕੋਈ ਕਿਡਨੈਪ ਕਰਕੇ ਲੈ ਗਿਆ। ਹੋ ਸਕਦਾ ਇਹਦਾ ਪਰਿਵਾਰ ਇਸ ਗੱਲ ਦੇ ਵਿੱਚ ਹੋਵੇ ਵੀ ਸਾਡੀ ਧੀ ਨੂੰ ਮਾਰਤਾ ਕਿਸੇ ਨੇ। ਪਰ ਇਹ ਪਿਛਲੇ 2.5 ਸਾਲਾਂ ਤੋਂ ਬੂਲ ਪਿੰਡ ਦੇ ਵਿੱਚ ਰਮਨਦੀਪ ਸਿੰਘ ਦੇ ਘਰ ਰਹਿ ਰਹੀ ਆ, ਈਸ਼ਵਰ ਸਿੰਘ ਦੀ ਨੂੰਹ ਬਣ ਕੇ। ਹੁਣ ਇਹ ਸਿੱਧੀ ਆ ਭੈਣ ਥੋੜ੍ਹੀ ਜੀ। ਚਲੋ ਇਹ ਸਾਨੂੰ ਮਿਲੀ 80 ਤੋਂ ਲੈ ਕੇ ਆਏ, ਇਹਨੇ ਭੈਣ ਨੇ ਆਪਦਾ ਕੁਝ ਨਹੀਂ ਦੱਸਿਆ। ਪਿਛਲਾ ਹਰੀ ਸਿੰਘ ਦੱਸਦੀ ਸੀ ਪਿਤਾ ਦਾ ਨਾਮ ਅਤੇ ਇੰਡੀਆ ਗੇਟ ਕੋਲ ਐਡਰੈਸ ਦੱਸਦੀ ਸੀ। ਫਿਰ ਹੌਲੀ ਹੌਲੀ ਸਾਡੇ ਟੀਮ ਮੈਂਬਰਾਂ ਨੇ ਭੈਣ ਉਹਨਾਂ ਨੇ ਪੁੱਛਿਆ, ਫਿਰ ਇਹਨੇ ਬੂਲ ਪਿੰਡ ਦਾ ਨਾਂ ਲਿਆ ਵੀ ਮੇਰਾ
ਬੂਲ ਪਿੰਡ ਕੋਈ ਹੈਗਾ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ? ਇਹ ਕਹਿੰਦਾ ਇਹਨੇ ਵੀਡੀਓ ਦੇਖੀ ਹੈ, ਕਹਿੰਦਾ ਤਾਂ ਮੇਰੀ ਘਰ ਵਾਲੀ ਹੈ, ਦੇਖ ਕੇ ਫਿਰ ਅੱਜ ਇੱਥੇ ਆਇਆ ਲੈਣ ਇਹਨੂੰ। ਤੇ ਅੱਜ ਅਸੀਂ ਹੁਣ ਭੈਣ ਨੂੰ ਪੁੱਛਿਆ ਵੀ ਭੈਣੇ ਤੂੰ ਇਹਦੇ ਨਾਲ ਜਾਣਾ? ਕਿੱਥੇ ਹੈ ਘਰ ਤੇਰਾ? ਦਿੱਲੀ। ਦਿੱਲੀ ਘਰ ਹੈ, ਘਰ ਜਾ। ਇਸ ਕੋ ਨਹੀਂ ਬੋਲਾ ਤੂੰਨੇ ਕਭੀ ਮੇਰੇ ਕੋ ਘਰ ਛੋੜ ਕੇ ਆਓ? ਕਿਆ ਬੋਲਾ? ਇੱਕ ਮਿੰਟ ਬੋਲੀ ਨਾ ਮੇਰੇ। ਕਿਆ ਬੋਲਾ ਫਿਰ? ਛੋੜਨੇ ਨਹੀਂ ਗਿਆ? ਬੋਲਾ ਛੋੜਨੇ ਗਏ? ਛੋੜਨੇ ਗਿਆ ਤੂੰ ਨਹੀਂ? ਤੇਰੇ ਕੋ ਲੈ ਕੇ ਤਾਂ ਨਹੀਂ ਗਿਆ ਦਿੱਲੀ? ਕਭੀ ਨਹੀਂ ਲੈ ਕੇ ਗਿਆ? ਤੂੰਨੇ ਬੋਲਾ ਇਸ ਕੋ ਮੈਨੇ ਜਾਣਾ ਹੈ? ਜਾਣੇ ਨਹੀਂ ਦਿੱਤਾ, ਇਸੀ ਲਈ ਤੁਮ ਆ ਗਈ ਫਿਰ ਘਰ ਸੇ ਰਾਤ ਕੋ ਨਿਕਲ ਕੇ। ਤੂੰ ਦੇਖੋ ਇਹ ਘਰੋਂ ਰਾਤ ਨੂੰ ਭੱਜੀ ਇਸ ਕਰਕੇ ਵੀ ਇਹ ਘਰੇ ਘਰ ਪੇ ਕੌਣ ਕੌਣ ਹੈ ਤੁਹਾਰੇ? ਤੁਹਾਰੀ ਸ਼ਾਦੀ ਹੋਈ ਹੈ? ਕਿਤਨੇ ਬੱਚੇ ਹੈ ਤੁਹਾਰੇ? ਕਿਆ ਲੜਕਾ ਲੜਕੀ ਹੈ? ਦੋ ਲੜਕੇ ਹੈ। ਤੁਹਾਰੇ ਪਤੀ ਕਾ ਨਾਮ ਕਿਆ ਹੈ? ਹਰੀ। ਤੋ ਤੁਹਾਰੇ ਬਾਪ ਕਾ ਨਾਮ ਹੈ ਨਾ? ਹਰੀ ਸਿੰਘ ਤੋਂ ਬਾਪ ਕਾ ਨਾਮ ਹੈ ਨਾ? ਇਹਦੀ ਯਾਦਾਸ਼ਤ ਬਹੁਤ ਘੱਟ ਆ ਨਾ, ਭੁੱਲ ਜਾਂਦੀ ਹੈ ਭੈਣ। ਜਮਾਂ ਸਿੱਧੀ ਆ, ਜਮਾਂ ਰੱਬ ਦੀ ਭਗਤਣੀ ਆ ਵਿਚਾਰੀ। ਇਹ ਤਾਂ ਭਲਾ ਹੋਵੇ ਉਹ ਜਿੱਦਣੇ ਉੱਥੋਂ ਭੱਜੀ ਸਾਡੇ ਕੋਲ ਹੀ ਪਹੁੰਚ ਗਈ। ਜੇ ਉਹ ਬੰਦੇ ਸਾਡੇ ਕੋਲ ਨਾ ਲੈ ਕੇ ਆਉਂਦੇ ਗਾਂਹ, ਉਹ ਵੀ ਮਾੜਾ ਬੰਦਾ ਟੱਕਰ ਜਾਂਦਾ ਕੋਈ ਇਹਨੂੰ ਵਿਚਾਰੀ ਨੂੰ। ਉਹ ਤਾਂ ਧੰਨਵਾਦ ਉਹਨਾਂ ਦਾ, ਭਰਾਵਾਂ ਦਾ, ਜਿਹੜੇ ਵਿਚਾਰਿਆਂ ਨੇ ਇੱਥੇ ਤੱਕ ਲਿਆਂਦੀ। ਉਹਨਾਂ ਨੇ ਸਾਨੂੰ ਫੋਨ ਕੀਤਾ ਸੀ, ਇਹਨਾਂ ਨੂੰ ਕਿਹਾ ਥਾਣੇ ਰਿਪੋਰਟ ਕਰਾ ਕੇ ਆਓ। ਜਤਿੰਦਰ ਸਿੰਘ ਸੀ ਬਾਈ ਦਾ ਨਾਂ, ਸਾਨੂੰ ਪਰਮਿੰਦਰ ਸਿੰਘ ਜਿਹੜੇ ਵੀਰ ਹੋਣੀ ਇੱਥੇ ਸਾਡੇ ਕੋਲ ਛੱਡ ਕੇ ਗਏ ਆ ਇਸ ਭੈਣ। ਇਸ ਤਰ੍ਹਾਂ ਦੇ ਕਈ ਵਾਰ ਸਾਡੇ ਨਾਲ ਕੇਸ, ਇੱਦਾਂ ਦੇ ਕੇਸ ਆਉਂਦੇ ਨੇ ਜਿੱਥੇ ਜੇ ਅਸੀਂ ਵੀ ਆਪਣੀ ਅੱਖਾਂ ਮੀਚ ਲਈਏ ਤਾਂ ਇਹ ਭੈਣ ਦੁਬਾਰਾ ਫਿਰ ਉਸ ਨਰਕ ਜਾ ਡਿੱਗੂ ਜਿੱਥੇ ਉਹ ਨਹੀਂ ਜਾਣਾ ਚਾਹੁੰਦੀ। ਅਸੀਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ, ਪਰ ਇਹ ਭੈਣ ਖੁਦ ਆਪਣੇ ਮੂੰਹੋਂ ਦੱਸ ਰਹੀ ਆ ਵੀ ਮੈਂ ਘਰੇ ਜਾਣਾ ਚਾਹੁੰਦੀ ਸੀ, ਮੈਨੂੰ ਜਾਣ ਨਹੀਂ ਸੀ ਦਿੰਦਾ। ਇਸ ਕਰਕੇ ਭਰਾਵਾ ਆਪਦਾ ਕੰਮ ਕਰ ਜਾ ਕੇ, ਅਸੀਂ ਤੈਨੂੰ ਕੁਛ ਕਹਿਣਾ ਨਹੀਂ ਚਾਹੁੰਦੇ ਬਸ। ਠੀਕ ਆ, ਹਮ ਭਾਈ ਹੈ ਤੁਹਾਰੇ। ਠੀਕ ਹੈ, ਜੇ ਮਾਂ ਖੜੀ ਹੈ ਮੇਰੀ ਮਾਂ ਹੈ, ਜੇ ਮੇਰੀ ਭੈਣ ਹੈ, ਜੇ ਵੀ ਮੇਰੀ ਭੈਣ ਖੜੀ ਹੈ, ਹਮ ਸਭ ਤੁਹਾਰੇ ਸਾਥ ਹੈ। ਠੀਕ ਹੈ, ਬਿਲਕੁਲ ਫਿਕਰ ਨਹੀਂ ਕਰਨਾ ਤੂੰਨੇ ਆਪ, ਤੇਰੇ ਕੋ ਘਰ ਦਿੱਲੀ ਢੂੰਡ ਕੇ ਘਰ ਭੇਜੇਂਗੇ ਤੇਰੇ ਕੋ। ਠੀਕ ਹੈ, ਘਰ ਜਾਣਾ ਚਾਹਤੀ ਹੋ ਨਾ? ਭੇਜੇਂਗੇ, ਪੱਕਾ ਘਰ ਭੇਜੇਂਗੇ ਤੇਰੇ ਕੋ। ਠੀਕ ਹੈ ਬੇਟਾ, ਤੂੰਨੇ ਪੂਰਾ ਪਤਾ ਬਤਾਨਾ ਹੈ ਮੇਰੇ ਕੋ। ਮੈਂ ਸੱਚ ਬਤਾ ਰਹੀ, ਮੈਂ ਆਪ ਸੇ ਝੂਠ ਨਹੀਂ ਬੋਲਤੇ। ਆਪ ਬੜੇ ਹੋਏ ਕਿ ਨਹੀਂ ਮੇਰੇ? ਬਿਲਕੁਲ ਬੜਾ ਹੂੰ, ਮੈਂ ਭਾਈ ਹੂੰ ਬੜਾ ਤੇਰਾ। ਤੂੰ ਸੱਚ ਬਤਾਇਆ ਨਾ, ਅਬ ਹਮ ਵੀ ਪੂਰੀ ਕੋਸ਼ਿਸ਼ ਕਰੇਂਗੇ ਤੇਰਾ ਘਰ ਢੂੰਡਣ। ਅਬ ਮੇਰੇ ਕੋ ਸਹੀ ਕੋਈ ਜਗ੍ਹਾ ਬਤਾਓ ਤੇਰੇ ਘਰ ਕੇ ਪਾਸ, ਕੌਣ ਸੀ ਡੈਰੀ ਬੋਲਾ ਤੂੰਨੇ? ਮਦਰ ਡੈਰੀ ਹੈ? ਮਦਰ ਡੈਰੀ ਹੈ, ਉਧਰ ਸਕੂਲ ਹੈ ਵਹਾਂ। ਸਕੂਲ ਕਾ ਨਾਮ ਕਿਆ ਹੈ? ਅਸੀਂ ਉਹ ਹੈ ਇੰਟਰ ਕਾਲਜ। ਕਾਲਜ ਹੈ ਜਾਂ ਸਕੂਲ ਹੈ? ਸਕੂਲ। ਸਕੂਲ ਹੈ, ਠੀਕ ਹੈ। ਉਸੀ ਕੇ ਪਾਸ ਮੇ ਤੁਹਾਰਾ ਘਰ ਹੈ? ਉਸੀ ਕੇ ਪਾਸ। ਓਕੇ, ਤੁਹਾਰੇ ਚਾਚਾ ਕਾ ਨਾਮ ਕਿਆ ਹੈ? ਚਾਚਾ ਕਾ ਨਾਮ ਖੜਕ ਸਿੰਘ। ਖੜਕ ਸਿੰਘ, ਓਕੇ। ਔਰ ਕੋਈ ਤਾਇਆ ਔਰ ਚਾਚਾ ਹੈ ਕੋਈ? ਇੱਕ ਚਾਚਾ ਇੱਕ ਔਰ ਹੈ, ਉਨ੍ਹਾਂ ਦਾ ਨਾਮ ਹੈ ਰਾਮ ਸਿੰਘ। ਰਾਮ ਸਿੰਘ ਹੈ, ਠੀਕ ਹੈ।
और तुम्हारी माँ का नाम क्या था? कमला। ठीक है, तुम्हारे पति का नाम क्या? हरी, नाम गोविंद। गोविंद, ठीक है। तो बाप का नाम हरी है ना? बेटे का नाम क्या है तुम्हारे का, बड़े का? निखिल। निखिल, और छोटे बेटे का? हिमांशु। भगवान अच्छा करेगा, सब भेजेंगे तेरे को, है ना। वाहिगुरु मेरा कृपा कृपा कर, मेरी भैन तंदुरुस्तियां बख्श। ओंकार सतनाम, करता पुरख निरभौ निर्वैर अकाल मूर्त अजूनी सैपं गुर प्रसाद जप आद सच जगा सच नानक। ते इस तरह जी अगली ड्यूटी हुण तुहाडी आ। इस भैन नूं, इस भैन दे चेहरे नूं ध्यान नाल देखो, इस वीडियो नूं, इस भैन दी फोटो नूं स्क्रीनशॉट करके शेयर करो अग्गे दी अग्गे, तां जो ये भैन अपने घर जावे, तां जो ये अपने बच्चियां दे विच जावे, तां जो ये अपने माँ बाप दे कोले जावे। सीमा फरदयाल ये नाम दसदी आ, अपना हरी सिंह अपने पिता का नाम दसदी आ, ते पति का नाम की दसिया? गोविंद। गोविंद अपने पति का नाम दसदी आ। निखिल अपने एक बेटे का नाम दसदी, एक बेटे का नाम निखिल है, एक दूसरे का हिमांशु है। इंडिया गेट के नेड़े दिल्ली की रहने वाली, नेड़े मदर डेयरी आ, नेड़े कोई स्कूल है एक। जे तुसी कोई भैन भरा अंदाजा ला सकते हो तो जरूर साढ़े नाल संपर्क करो। वाहिगुरू जी का खालसा, वाहिगुरू जी।